ਬਾਣੀ ਨੂੰ ਪੜ੍ਹਨਾ ਸੀਗਾ ਆਪ, ਵਿਚਾਰਨਾ ਸੀ ਆਪ, ਪਰ ਸਾਡੇ ਸਮਾਜ ਨੇ ਕੀਤਾ ਕਿ ਜੇ ਪੜ੍ਹਿਆ ਤਾਂ ਉੱਤੋਂ ਉੱਤੋਂ ਪੜ੍ਹ ਲਿਆ, ਉਹਨੂੰ ਜੀਵਨ 'ਚ ਨਹੀਂ ਵਸਾਇਆ, ਅਤੇ ਜੇ ਨਹੀਂ ਪੜ੍ਹਿਆ ਤਾਂ ਫਿਰ ਪੱਕਾ ਹੀ ਨਹੀਂ ਪੜ੍ਹਿਆ, ਫਿਰ ਪੈਸੇ ਦੇ ਕੇ ਪਾਠ ਕਰਾ ਲਿਆ ਅਤੇ ਆਖਿਆ ਚੱਲ ਇੱਥੇ ਠੀਕ ਹੈ ਜੀ, ਭਾਈ ਸਾਹਿਬ ਪੜ੍ਹ ਦੇਣਗੇ, ਸਾਨੂੰ ਕੀ ਲੋੜ ਹੈ। ਪੁਰਾਣੇ ਸਮੇਂ ਜਿਵੇਂ ਪੰਡਿਤ ਜੀ ਨਾਲ ਹੋਇਆ ਕਰਦਾ ਸੀ ਨਾ, ਵੀ ਉਹ ਪੰਡਿਤ ਜੀ ਕੀ ਕਰਿਆ ਕਰਦੇ ਸਨ, ਕਹਿੰਦੇ ਸੀ ਵੀ ਤੂੰ ਮੈਨੂੰ ਪੈਸੇ ਦੇ ਦੀ, ਮੈਂ ਤੇਰੇ ਹਿੱਸੇ ਦਾ ਗਾਇਤਰੀ ਮੰਤਰ ਦਾ ਪਾਠ ਕਰ ਦਿਆਂਗਾ। ਉਹ ਚੀਜ਼ ਸਾਡੇ ਸਮਾਜ ਵਿੱਚ ਹੋ ਰਹੀ ਹੈ। ਬਾਬਾ ਕਬੀਰ ਜੀ ਆਖਦੇ, ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਕਹਿੰਦੇ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਭਲਿਆ ਤੂੰ ਆ ਵੇਦ ਪੁਰਾਣ ਪੜ੍ਹਦਾ ਏ, ਬੜੇ ਧਾਰਮਿਕ ਗ੍ਰੰਥ ਪੜ੍ਹਦਾ, ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਵੀ ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਵੀ ਕਰਦਾ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਪਰ ਮੈਨੂੰ ਦੱਸ ਇਹਦਾ ਤੈਨੂੰ ਫਾਇਦਾ ਕੀ ਹੋਇਆ, ਜੀਵਨ 'ਚ ਕੋਈ ਤਬਦੀਲੀ? ਹੁਣ ਕਿੰਨੇ ਸਾਲ ਹੋ ਗਏ ਆਪਾਂ ਨੂੰ ਜਪਜੀ ਸਾਹਿਬ ਕਰਦੇ ਹਾਂ, ਕੀ ਸਾਨੂੰ ਇਹ ਪਤਾ ਲੱਗ ਗਿਆ ਵੀ ਪਰਮਾਤਮਾ ਇੱਕ ਹੀ ਹੈ? ਹੁਣ ਇੱਥੋਂ ਤਾਂ ਜਪਜੀ ਸਾਹਿਬ ਦੀ ਸ਼ੁਰੂਆਤ ਹੁੰਦੀ ਹੈ, ਬਾਣੀ ਦੀ ਸ਼ੁਰੂਆਤ ਹੁੰਦੀ ਹੈ, ਜਿੱਥੇ ਕਿਹਾ ਜਾ ਰਿਹਾ ਇੱਕ ਓਅੰਕਾਰ, ਵੀ ਮਾਲਕ ਜਿਹੜਾ ਹੈ ਨਾ ਉਹ ਇੱਕ ਹੀ ਹੈ, ਬਹੁਤੇ ਨਹੀਂ ਹੈ। ਮੈਨੂੰ ਲੱਗਦਾ ਸਿੱਖ ਨੇ ਅਜੇ ਤੱਕ ਇੱਕ ਓਅੰਕਾਰ ਵੀ ਨਹੀਂ ਪੜ੍ਹਿਆ। ਜੇ ਕਿਤੇ ਇੱਕ ਓਅੰਕਾਰ ਹੀ ਪੜ੍ਹ ਲਿਆ ਹੁੰਦਾ ਨਾ ਤਾਂ ਪਤਾ ਹੋਣਾ ਸੀ ਵੀ ਸਿਰ ਮੇਰਾ ਇਕੱਲਾ ਇੱਥੇ ਝੁਕੇਗਾ, ਫਿਰ ਕਿਤੇ ਹੋਰ ਨਹੀਂ ਝੁਕੇਗਾ, ਜੇ ਪਤਾ ਹੁੰਦਾ। ਪਰ ਮੈਨੂੰ ਲੱਗਦਾ ਨਹੀਂ ਵੀ ਇੱਕ ਓਅੰਕਾਰ ਵੀ ਪੜ੍ਹਿਆ, ਨਹੀਂ ਪੜ੍ਹਿਆ ਇੱਕ ਓਅੰਕਾਰ, ਬਿਲਕੁਲ ਨਹੀਂ ਪੜ੍ਹਿਆ। ਅਤੇ ਗੁਰੂ ਪਾਤਸ਼ਾਹ ਜੀ ਆਖਦੇ, ਕਹਿੰਦੇ ਤੇਰਾ ਇੱਦਾਂ ਦੇ ਪੜ੍ਹਨ ਦਾ ਫਾਇਦਾ ਕੀ ਹੈ ਜਿਹੜੀ ਗੱਲ ਨੂੰ ਤੂੰ ਮੰਨਿਆ ਨਹੀਂ, ਤੇਰਾ ਹਿਸਾਬ ਪਤਾ ਕੀ ਹੈ ਭਲਿਆ? ਜਿਵੇਂ ਇੱਕ ਗਧੇ ਦੇ ਉੱਤੇ ਚੰਦਨ ਲੱਦਿਆ ਹੋਵੇ ਨਾ, ਤੇਰਾ ਹਾਲ ਤਾਂ ਉਸ ਗਧੇ ਵਰਗਾ ਹੈ ਜਿਹਦੇ ਉੱਤੇ ਚੰਦਨ ਲੱਦਿਆ ਹੋਇਆ ਹੈ। ਹੁਣ ਬੰਦੇ ਨੇ ਬਾਣੀ ਬੜੀ ਪੜ੍ਹੀ ਹੈ ਪਰ ਜੀਵਨ 'ਤੇ ਕੋਈ ਅਸਰ ਨਹੀਂ ਹੋਇਆ, ਜੀਵਨ ਦੇ ਵਿੱਚ ਵਸਾਈ ਨਹੀਂ, ਅਤੇ ਬਾਬਾ ਕਬੀਰ ਜੀ ਕਹਿੰਦੇ ਤੇਰਾ ਹਾਲ ਤਾਂ ਗਧੇ ਵਰਗਾ, ਜਿਵੇਂ ਗਧੇ ਨੇ ਉੱਤੇ ਚੰਦਨ ਲੱਦਿਆ ਹੋਵੇ, ਤੇਰਾ ਹਾਲ ਤਾਂ ਉਹ ਬਣ ਗਿਆ। ਅਤੇ ਮੈਂ ਕਈ ਵਾਰ ਸੋਚਦਾ ਹੁੰਦਾ, ਮੈਂ ਕਹਿੰਦਾ ਬਾਬਾ ਕਬੀਰ ਜੀ ਜੇ ਤੁਸੀਂ ਅੱਜ ਹੁੰਦੇ ਨਾ, ਅਤੇ ਅੱਜ ਦੇ ਸਿੱਖਾਂ ਨੇ ਤੁਹਾਡੇ ਉੱਤੇ ਪਰਚਾ ਦਰਜ ਕਰਾਉਣਾ ਸੀਗਾ 295A ਦਾ, ਤੁਹਾਡੇ ਉੱਤੇ ਪਰਚਾ ਦਰਜ ਕਰਾਉਣਾ ਸੀ, ਤੁਹਾਨੂੰ ਜੇਲ੍ਹ ਭੇਜ ਦੇਣਾ ਸੀ, ਜਿਹੜੇ ਤੁਹਾਨੂੰ ਮੱਥਾ ਟੇਕਦੇ ਨੇ ਨਾ ਆ ਕੇ, ਇਹਨਾਂ ਨੇ ਕਹਿਣਾ ਸੀ ਸਾਨੂੰ ਗਧਾ ਕਹੀ ਜਾਂਦਾ, ਜੇਲ੍ਹ 'ਚ ਪਾਓ ਜੀ ਇਹਨੂੰ, ਮਾਂ ਨਾਨੀ ਦਾ ਦਾਅਵਾ ਕਰੋ ਇਹਦੇ ਉੱਤੇ, ਜੇ ਬਾਬਾ ਕਬੀਰ ਜੀ ਅੱਜ ਹੁੰਦੇ। ਕਈ ਵਾਰ ਮੈਂ ਸੋਚਦਾ, ਕਿਉਂਕਿ ਸਾਨੂੰ ਇਹ ਵਿਚਾਰਾਂ ਜਿਹੜੀਆਂ ਚੁਭਦੀਆਂ ਬਣੀਆਂ ਨੇ, ਜਦੋਂ ਇੱਕ ਵਾਰੀ ਮੈਂ ਇਹ ਐਸਾ ਇੰਜੈਕਸ਼ਨ ਹੈ ਨਾ, ਜਦੋਂ ਇੱਕ ਵਾਰੀ ਲੱਗ ਜਾਵੇ ਬੰਦਾ ਉਛਲ ਉਛਲ ਪੈਂਦਾ ਵੀ ਇਹ ਕਿਉਂ ਹੋ ਗਿਆ। ਫਿਰ ਗੁਰਦੁਆਰੇ ਦਾ ਜਿਹੜਾ ਸਪੀਕਰ ਹੈ ਨਾ ਜੀ, ਉਹਦੀ ਆਵਾਜ਼ ਘੱਟ ਕਰ ਦਿਓ, ਬਾਹਰ ਨਹੀਂ ਆਉਣੀ ਚਾਹੀਦੀ। ਫਿਰ ਕਹੀਆਂ ਜਾਂਦੀਆਂ ਇਹ ਗੱਲਾਂ, ਕਿਉਂ ਕਹੀਆਂ ਜਾਂਦੀਆਂ? ਕਿਉਂਕਿ ਬਾਣੀ ਚੁਭਦੀ ਬਹੁਤ ਹੈ। ਫਿਰ ਇੱਕ ਵਾਰੀ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਨਾ, ਸੱਚ ਸੁਣਨਾ ਬਹੁਤ ਔਖਾ ਹੁੰਦਾ, ਕਿਉਂ? ਕਾਰਨ ਕੀ ਹੈ ਉਹਦੇ ਪਿੱਛੇ? ਉਹ ਸਿਰਫ ਕਾਰਨ ਇੱਕੋ ਹੀ ਹੈ, ਕਿਉਂਕਿ ਬੰਦਾ ਜਿਹੜਾ ਅੱਜ ਤੱਕ ਦੁੱਧ ਪੀ ਰਿਹਾ ਸੀ ਨਾ, ਅੱਜ ਤੱਕ ਜਿਹੜਾ ਦੁੱਧ ਪੀਤਾ ਉਹ ਪਾਣੀ ਵਾਲਾ ਸੀਗਾ, ਅੱਜ ਤੱਕ ਜਿਹੜਾ ਦੁੱਧ ਪੀਤਾ ਉਹ ਪਾਣੀ ਵਾਲਾ ਸੀ। ਕਿਸੇ ਨੇ ਇੱਕ ਦਿਨ ਸੰਘਣਾ ਦੁੱਧ ਪਿਆ ਤਾ ਜਿਹਦੇ ਵਿੱਚ ਪਾਣੀ ਮਿਕਸ ਨਹੀਂ ਸੀਗਾ, ਜਦੋਂ ਕਿਤੇ ਸੰਘਣਾ ਦੁੱਧ ਪੀਣਾ ਪੈ ਗਿਆ ਨਾ, ਬੰਦੇ ਦਾ ਪੇਟ ਖਰਾਬ ਹੋ ਜਾਂਦਾ ਉਸੇ ਟਾਈਮ। ਹੁਣ ਅੱਜ ਤੱਕ ਜਿਹੜੀਆਂ ਵਿਚਾਰਾਂ ਸੁਣੀਆਂ ਸੀ ਨਾ, ਉਹ ਸਾਰੀਆਂ ਪਾਣੀ ਵਾਲੀਆਂ ਸੀ, ਮਿਲਾਵਟ ਵਾਲੀਆਂ ਸੀਗੀਆਂ, ਪਰ ਜਦੋਂ ਸ਼ੁੱਧ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੰਦੇ ਦੇ ਸਾਹਮਣੇ ਆਉਂਦੀ ਹੈ ਨਾ, ਫਿਰ ਬੰਦੇ ਦਾ ਪੇਟ ਤਾਂ ਖਰਾਬ ਹੋਣਾ ਹੀ ਹੈ ਨਾ, ਕਿਉਂਕਿ ਹੁਣ ਵਧੀਆ ਦੁੱਧ ਪੀ ਲਿਆ ਬੰਦੇ ਨੇ। ਜਦ ਤੱਕ ਪਾਣੀ ਵਾਲਾ ਪੀਂਦਾ ਸੀ, ਪਾਣੀ ਵਾਲਾ ਪੀਣ ਦੀ ਆਦਤ ਪਈ ਹੋਈ ਸੀ, ਕਿੰਨੇ ਸਾਲਾਂ ਤੋਂ ਪਾਣੀ ਵਾਲਾ ਪੀ ਰਿਹਾ ਸੀ, ਪਾਣੀ ਵਾਲਾ ਪੀਣ ਦੀ ਆਦਤ ਪਈ ਹੋਈ ਸੀ, ਪਰ ਹੁਣ ਜਦੋਂ ਵਧੀਆ ਇਹ ਸ਼ੁੱਧ ਦੁੱਧ ਮਿਲਿਆ ਜਿਹ 'ਚ ਕੋਈ ਮਿਲਾਵਟ ਨਹੀਂ ਹੈ, ਪੇਟ ਖਰਾਬ ਹੋ ਗਿਆ। ਹੁਣ ਜਿਨ੍ਹਾਂ ਜਿਨ੍ਹਾਂ ਨੂੰ ਬਾਣੀ ਚੁਭਦੀ ਹੈ ਨਾ, ਸਮਝ ਲਿਓ ਉਹਨਾਂ ਦਾ ਵੀ ਪੇਟ ਖਰਾਬ ਹੀ ਆ, ਖਰਾਬ ਹੋਇਆ ਪਿਆ। ਕਿਉਂ? ਅੱਜ ਤੋਂ ਪਹਿਲਾਂ ਮਨਮਤ ਸੁਣ ਰਹੇ ਸੀ, ਅੱਜ ਤੋਂ ਪਹਿਲਾਂ ਬੁਖਾਰ ਚੜ੍ਹਿਆ ਹੋਇਆ ਸੀ, ਗੁਰੂ ਪਾਤਸ਼ਾਹ ਕਹਿੰਦੇ ਆ ਤੇਰਾ ਬੁਖਾਰ ਉਤਾਰਾਂ ਮੈਂ।
ਬੰਦਾ ਕਹਿੰਦਾ ਨਹੀਂ। ਹੁਣ ਸਾਡੇ ਅੰਦਰ ਨਾ ਇੱਕ ਬੜਾ ਵੱਡਾ ਮਹਿਲ ਬਣਿਆ ਹੋਇਆ, ਬੜਾ ਵੱਡਾ ਮਹਿਲ। ਉਹ ਮਹਿਲ ਪਤਾ ਕਾਹਦਾ? ਮਨਮਤ ਦਾ, ਮਨਮਤ ਦਾ। ਹੁਣ ਇਹ ਮਨਮਤ ਦਾ ਮਹਿਲ ਹੈ। ਗੁਰੂ ਪਾਤਸ਼ਾਹ ਕਹਿੰਦੇ ਮੈਂ ਹਥੌੜੀ ਲੈ ਕੇ ਆਇਆ ਅਤੇ ਇਸ ਮਹਿਲ ਨੂੰ ਹੁਣ ਮੈਂ ਤੋੜਨਾ ਹੈ। ਤੂੰ ਗੁਰਦੁਆਰੇ ਆਇਆ ਨਾ ਮੇਰੇ ਕੋਲ, ਤੂੰ ਗੁਰਦੁਆਰੇ ਆਇਆ ਮੇਰੇ ਕੋਲ ਅਤੇ ਇੱਥੋਂ ਹੁਣ ਮਹਿਲ ਜਿਹੜਾ ਤੂੰ ਆਪਣਾ ਮਨਮਤ ਦਾ ਮਹਿਲ ਬਣਾ ਕੇ ਬੈਠਾ ਹੋਇਆ ਨਾ ਆਪਣੇ ਅੰਦਰ, ਇਹਨੂੰ ਤੁੜਵਾ ਕੇ ਜਾ ਮੇਰੇ ਕੋਲ। ਅਤੇ ਅੱਜ ਦਾ ਸਿੱਖ ਪਤਾ ਕੀ ਕਹਿੰਦਾ? ਨਾ ਗੁਰੂ ਪਾਤਸ਼ਾਹ ਇਹ ਕੰਮ ਨਾ ਕਰਿਓ, ਜਿੱਦਾਂ ਦਾ ਉਹ ਬਣਿਆ ਪਿਆ ਨਾ ਉਹਨੂੰ ਰਹਿਣ ਦਿਓ, ਤੋੜਿਓ ਨਾ। ਜੇ ਤੁਸੀਂ ਤੋੜੋਗੇ ਨਾ ਮੈਂ ਤੁਹਾਡੇ ਨਾਲ ਨਾਰਾਜ਼ ਹੋ ਜਾਵਾਂਗਾ, ਫਿਰ ਮੈਂ ਗੁਰਦੁਆਰੇ ਆਉਣਾ ਬੰਦ ਕਰ ਦਿਆਂਗਾ ਜੇ ਤੁਸੀਂ ਤੋੜੋਗੇ। ਤੇ ਮੈਂ ਕਹਾਂਗਾ ਸਪੀਕਰ ਦੀ ਆਵਾਜ਼ ਘੱਟ ਕਰੋ, ਮੈਂ ਕਹਾਂਗਾ ਇਹ ਪ੍ਰਚਾਰਕ ਨਹੀਂ ਅੱਗੇ ਤੋਂ ਬੋਲਣਾ ਚਾਹੀਦਾ, ਇੱਦਾਂ ਦੀ ਕਥਾ ਨਹੀਂ ਅੱਗੇ ਤੋਂ ਹੋਣੀ ਚਾਹੀਦੀ। ਮੈਨੂੰ ਆਪਣੇ ਮਨਮਤ ਦਾ ਜਿਹੜਾ ਮਹਿਲ ਮੇਰੇ ਅੰਦਰ ਬਣਿਆ ਹੋਇਆ ਨਾ ਉਹ ਇੱਦਾਂ ਹੀ ਬਣਿਆ ਰਹਿਣ ਦਿਓ, ਮੈਂ ਇੱਦਾਂ ਹੀ ਖੁਸ਼ ਹਾਂ। ਗੁਰੂ ਪਾਤਸ਼ਾਹ ਕਹਿੰਦੇ ਆ ਮੈਂ ਤੋੜ ਕੇ ਇੱਕ ਵਧੀਆ ਮਹਿਲ ਤਿਆਰ ਕਰਾਂਗਾ ਤੇਰੇ ਅੰਦਰ, ਜਿਹੜਾ ਸੱਚ ਦਾ ਮਹਿਲ ਹੋਵੇਗਾ, ਜਿਹੜਾ ਤੈਨੂੰ ਦੁੱਖ ਨਹੀਂ ਤੈਨੂੰ ਸੁੱਖ ਦੇਵੇਗਾ। ਬੰਦਾ ਕਹਿੰਦਾ ਨਹੀਂ ਗੁਰੂ ਪਾਤਸ਼ਾਹ ਮੈਂ ਇੱਦਾਂ ਹੀ ਠੀਕ ਹਾਂ, ਮੈਨੂੰ ਸੁੱਖ ਸੱਖ ਨਹੀਂ ਚਾਹੀਦਾ, ਇੱਦਾਂ ਹੀ ਠੀਕ ਹਾਂ ਮੈਂ, ਮੈਨੂੰ ਇੱਦਾਂ ਹੀ ਰਹਿਣ ਦਿਓ। ਕਿਉਂ ਜੀ ਹੈ ਨਾ ਹਾਲ ਇੱਦਾਂ ਦਾ? ਅੱਜ ਬੰਦਾ ਆਪਣੀ ਮਤ ਦੇ ਉੱਤੇ ਬਹੁਤ ਖੁਸ਼ ਹੈ, ਗੁਰੂ ਦੀ ਮਤ ਨਹੀਂ ਲੈਣੀ ਚਾਹੁੰਦਾ, ਪਰ ਜਿਹਨੂੰ ਉਹ ਖੁਸ਼ੀ ਸਮਝ ਰਿਹਾ ਨਾ ਮੈਂ ਜੋ ਕਰਦਾ ਪਿਆਂ ਮੈਂ ਬਹੁਤ ਵਧੀਆ ਕਰਦਾ ਪਿਆਂ, ਇਸ ਨੂੰ ਹਉਮੈ ਕਹਿੰਦੇ ਨੇ। ਅਤੇ ਗੁਰੂ ਪਾਤਸ਼ਾਹ ਨੇ ਇਹ ਗੱਲ ਆਖੀ, ਕਹਿੰਦੇ ਹਉਮੈ ਦੀਰਘ ਰੋਗ ਹੈ, ਇਹ ਬੜਾ ਵੱਡਾ ਰੋਗ ਹੁੰਦਾ ਹੈ, ਇਹ ਬੜਾ ਵੱਡਾ ਰੋਗ ਹੈ, ਅਤੇ ਇਹਦਾ ਇਲਾਜ ਨਾ ਕੇਵਲ ਗੁਰੂ ਕੋਲ ਹੈ, ਹੋਰ ਕਿਸੇ ਕੋਲ ਨਹੀਂ ਹੈਗਾ, ਇਹਦਾ ਇਲਾਜ ਕੇਵਲ ਗੁਰੂ ਕੋਲ ਹੈ। ਵੇਦ ਪੁਰਾਨ ਪੜੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ, ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ। ਕਹਿੰਦੇ ਭਲਿਆ ਤੂੰ ਤੇ ਪ੍ਰਮਾਤਮਾ ਦੇ ਨਾਮ ਦੀ ਗਤ ਹੀ ਨਹੀਂ ਜਾਣੀ, ਦੱਸ ਪਾਰ ਕਿਵੇਂ ਲੰਘੇਗਾ? ਤੂੰ ਤੇ ਪ੍ਰਮਾਤਮਾ ਦੀ ਵਿਚਾਰ ਨੂੰ ਪਛਾਣਿਆ ਹੀ ਨਹੀਂ, ਦੱਸ ਪਾਰ ਕਿਵੇਂ ਲੰਘੇਗਾ? ਬੰਦੇ ਨੇ ਨਹੀਂ ਨਾ ਪਛਾਣਿਆ, ਅਤੇ ਤਾਂ ਹੀ ਉਹ ਇਹ ਹਾਲ ਜਿਹੜਾ ਹੈ ਨਾ ਉਹ ਮਨੁੱਖ ਦਾ ਹੋਇਆ ਪਿਆ। ਬੰਦਾ ਮਨਮਤ ਵਾਲੇ ਪਾਸੇ ਨੂੰ ਤੁਰ ਪਿਆ, ਸੱਚ ਵਾਲੇ ਪਾਸੇ ਨੂੰ ਨਹੀਂ ਤੁਰਿਆ।